चौधरी साहब सत श्रीकाल। सत श्रीकाल भाई जी। जगजीत सिंह तेरा मेरे घर आने से बहुत बहुत मेहरबानी। जो नमाणे जे बंदे देश विदेश बैठे वीर ना मेरे ना गल्लां बातां कराइयां ते सो अज मैं थोड़ी रिक्वेस्ट करना चाहुंदा 5-7 मिनट इत्थों तों फालतू लैणे आ। जे तुसीं जांच च जाओगे ऐसे नंगल दे बंदे थोड़े लीडर बंदे आ ते जांच च वी लैणी थोड़ी औखी आ। ते चलो थोड़ी मर्जी जे जांच दे दो कोई गल नहीं जरूर कोशिश करांगे वी आपां ਗੱਲਾਂ ਬਾਤਾਂ ਤੁਹਾਡੀਆਂ ਸੁਣੀਏ। ਅੱਛਾ ਅੱਜ ਆਪਾਂ ਨਾਗ ਜਿਹੜੇ ਦਿਖਾਉਣੇ ਉਹਨਾਂ ਚੋਂ ਆਪਾਂ ਪਹਿਲੀ ਝੋਟੀ ਤੋਂ ਸ਼ੁਰੂ ਕਰਦੇ ਹਾਂ। ਹਾਂਜੀ ਕਿੰਨਾ ਮਾ ਸੂਆ ਇਹ ਬਾਈ ਜੀ? ਪਹਿਲੇ ਸੂਏ ਆ। ਪਹਿਲੇ ਸੂਏ? ਹਾਂਜੀ। ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹ ਸੂਈ ਆ ਉਹ ਪਈ ਆ ਸਵੇਰ ਦੀ ਸੂਈ ਆ, ਕੱਟਾ ਚੁੱਕੀ ਜਾਂਦਾ ਮਗਰਲੇ ਪਾਸੇ ਵੀ। ਠੀਕ ਹੈ। ਹਾਂਜੀ ਦੋਸਤੋ ਬੱਚਾ ਦੇਖ ਲਓ ਹੁਣੇ, ਕਿਉਂਕਿ ਨਾਲ ਜਿਹੜਾ ਆਪਦੀ ਢਿੱਡ ਪੂਰਾ ਕਰੀ ਜਾਂਦਾ ਪਰਲੇ ਪਾਸੇ ਤੋਂ। ਸੋ ਅੱਛਾ ਚੌਧਰੀ ਸਾਹਿਬ ਉਮਰ ਅੰਦਾਜ਼ਾ ਕਿੰਨੀ ਕੁ ਹੋ ਸਕਦੀ ਹੈ ਜੀ ਦੰਦੋਂ ਦੇਖੀ ਹੋਵੇ? बच्चा नाल ही बद्दा व्या ते ओहो चौंग रिया सी इहनूं इक पासे तों। अच्छा जिहड़ी इहदू अगे झोटी है चौधरी साहिब, इहदा सूआ इह वी जी पहले आ चौगी आ, इहदा वी आ रस्सा टुट गया सीगा बच्चा पै गया तां पछमी मैं। ਠੀਕ ਹੈ। ਅੱਜ ਛੀਮਾ ਦੇਣਾ ਨੌੜਦਾ ਨਾਲ ਆ ਕੱਟੀ ਦੇ। ਠੀਕ ਹੈ। ਤੇ 9 ਲੀਟਰ ਕੰਡੇ ਤੇ ਤਿਆਰ ਬੌਲਾ ਜੀ। 9 ਲੀਟਰ ਕੰਡੇ ਤੇ ਤਿਆਰ ਹੈ। ਕਿੰਨਾ ਦੁੱਧ ਕਰ ਜੂਗੀ ਇਹ? ਮੇਰੇ ਹਿਸਾਬ ਨਾਲ ਵੀ 12 ਕਿਲੋ ਦੇ ਦੂਗੀ। ਰੇਟ ਕੀ ਰੱਖਿਆ ਇਹਦਾ? ਰੇਟ ਇਹਦਾ 82,000 ਰੁਪਇਆ ਜੀ। ਇਹਨੂੰ ਖੋਲ ਦਿਓ ਜੀ। ਦੋਸਤੋ ਚਾਰ ਦੰਦ ਪਹਿਲਾ ਸੂਆ ਬੱਚਾ ਕੱਟੀ 6 ਦਿਨ ਹੋਏ ਆ ਸੂਈ ਨੂੰ ਨਾੜੂਆ ਨਾਲ। ਬਾਕੀ ਚਵਾਈ ਦੇ ਤੇ ਠੰਡੀ ਬਾਹਲੀ ਠੰਡੀ। ਠੀਕ ਹੈ। ਚਵਾਈ ਵਧੀਆ ਤੇ ਠੰਡੀ ਸੀਲ ਮੱਝ। 82,000 ਡਿਮਾਂਡ ਹੈ। ਹਵਾਨਾ ਬਹੁਤ ਸੋਹਣਾ ਬਾਈ ਦੱਸਦਾ ਵੀ ਬੱਚਾ ਖੁੱਲ ਕੇ ਜਿਹੜਾ ਉਹਨੇ ਪਸਮਾ ਕਰਾਇਆ। ਬਾਕੀ ਸੂਏ ਸਵਾਏ ਪਸ਼ੂ ਦਾ ਕੋਈ ਡਰ ਨਹੀਂ ਹੁੰਦਾ, ਬੇਸ਼ੱਕ 3 ਟਾਈਮ ਚੋਲੋ। ਵਧੀਆ ਗੱਲ ਆ ਵੀ ਤੁਹਾਨੂੰ ਇਹਦੇ ਥਣਾਂ ਦਾ ਸਾਈਜ਼ ਦਿਸ ਜੂਗਾ, ਕਿਉਂਕਿ ਪਹਿਲਾਂ ਪਸ਼ੂ ਦੇ ਥਣਾਂ ਦੇ ਸਾਈਜ਼ ਦੀ ਕਈ ਵਾਰ ਦਿੱਕਤ ਆ ਜਾਂਦੀ ਹੈ ਵੀ ਜਿਹੜਾ ਉਹ ਥਣ ਉਹਦਾ ਸਾਈਜ਼ ਕਿੱਦਾਂ ਦਾ ਰਹਿੰਦਾ। 9 ਕਿਲੋ ਦੁੱਧ ਬਾਈ ਨੇ ਦੱਸਿਆ ਅਤੇ ਉਮੀਦ ਆ ਵੀ ਇਹ ਦੋਸਤੋ 12 ਕਿਲੋ ਦੁੱਧ ਕਰ ਜੂਗੀ ਜਦੋਂ ਪੀਕ ਲੈਵਲ ਫੜ ਗਈ। ਮਹੀਨਾ ਪਸ਼ੂ ਲੈ ਜਾਂਦਾ ਪਹਿਲਾਂ, ਖਾਸ ਕਰਕੇ ਇੱਦਾਂ ਦੇ ਥਣ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ। ਲੇਵਾ ਜ਼ਿਆਦਾ ਬਹੁਤ ਹੀ ਝੁੱਟੀ। ਹਾਂ ਦੋਸਤੋ ਚੌੜਾ ਲੇਵਾ ਬਹੁਤ ਆ ਝੁੱਟੀ ਦਾ। ਕੋਸ਼ਿਸ਼ ਕਰੂੰਗਾ ਤੁਹਾਨੂੰ ਥੋਂ ਥਣ ਦੇਖ ਲਓ, ਹਵਾਨਾ ਦੇਖ ਸਕਦੇ ਹੋ। ਮੋਬਾਈਲ ਤੋਂ ਘਬਰਾਊਗੀ, ਬਹੁਤ ਸੋਹਣੇ ਥਣ ਆ। ਸਿੰਘ ਥੋੜਾ ਖੁੱਲਾ ਰੁਕਿਆ ਹੋਇਆ, ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ। ਇਦੋਂ ਅੱਗੇ ਕੁਛ ਅਸਰ ਝੁੱਟੀਆਂ ਬਾਈ ਕੋਲ? ਇਹ ਦੁੰਦੀ ਝੁੱਟੀ ਜੀ। ਠੀਕ ਹੈ। ਮੇਰੇ ਕੋਲੇ ਬਾਈ ਮਈਆਂ ਗਈ ਸੀਗੀ, ਇੱਥੇ ਕੋਈ ਮੁਲਾਜ਼ਮ ਲੈ ਕੇ ਗਿਆ ਸੀਗਾ ਤੇ ਮੁਲਾਜ਼ਮ ਤਾਂ ਤੁਹਾਨੂੰ ਪਤਾ ਵੀ ਬਣਾਉਣੀਆਂ ਬਣਾਉਣੀਆਂ ਕਾਹਦੀਆਂ, ਉਹਨਾਂ ਨੇ ਖਿਆਲ ਨਹੀਂ ਕਰਦੇ ਆਪਦੇ ਡਿਊਟੀ ਲਈ। ਤੇ ਇਹ ਹੁਣ ਮੈਂ ਲਿਆਂਦੀ ਆ। ਹਜੇ ਗੱਬਣ ਨਹੀਂ ਗਈ? ਨਹੀਂ ਗੱਬਣ ਨਹੀਂ, ਤਾਰਾਂ ਕਰੀ ਜਾਂਦੀਆਂ ਚਾਰੇ। ਠੀਕ ਹੈ। ਹੋ ਸਕਦਾ ਵੀ ਰੇਟ ਕੀ ਰੱਖਿਆ ਜੀ ਇਹਦਾ? ਰੇਟ ਇਹਦਾ 45,000 ਰੁਪਏ ਜੀ। ਤੋਰ ਦਿਓ ਖੋਲ ਕੇ। ਤੋਰ ਕੇ ਹੋ ਜੀ। ਡਿਮਾਂਡ 45,000 ਆ ਦੋਸਤੋ। ਮੱਥੇ 'ਚ ਵੱਲ ਹੈਗਾ, ਪੂਛ ਥੋੜੀ ਜੀ ਚਿੱਟੀ ਦਿਖਾਉਂਦੀ ਆ, ਚੰਗਾ ਕੱਦ ਹੈ, 2 ਦੰਦ ਹੈ। 45,000 ਡਿਮਾਂਡ ਹੈ ਤੇ ਕਰਮ ਵਾਲੀ ਮੱਝ ਬਣੀ ਪਈ ਹੈ ਜਦੋਂ ਗੱਭਣ ਹੋ, ਕਿਉਂਕਿ ਸੌਣ ਭਾਦੋ ਆ ਦੋਸਤੋ ਤੇ ਇਸ ਰੁੱਤ 'ਚ ਆਮ ਤੌਰ 'ਤੇ ਪਸ਼ੂ ਜਿਹੜੇ ਉਹ ਗੱਭਣ ਹੋ ਜਾਂਦੇ ਹੁੰਦੇ ਆ। ਰੁੱਤ ਇੱਦਾਂ ਦੀ ਹੈ, ਬਹੁਤ ਸੋਹਣੇ 4 ਥਣ ਹੈ। ਬਾਕੀ ਜਿਹੜਾ ਵੀਰ ਆਊਗਾ ਉਹ ਆਪ ਆ ਕੇ ਆਪਦੀ ਤਸੱਲੀ ਕਰ ਸਕਦਾ। ਇੱਕ ਅੱਖ ਦੋਨਾਂ ਅੱਖਾਂ ਦੇ ਵਿੱਚ ਹੀ ਵਾਈਟ ਨਿਸ਼ਾਨ ਹੈਗੇ ਆ। ਸੋ ਇਹ ਦੋਸਤੋ ਝੋਟੀ ਜਿਹੜੀ ਅਸਰ ਗ੍ਰੇਡਡ ਮੱਝ ਮੰਨਾਂਗੇ, ਪਿੱਠਪੁੜੇ ਦੀ ਬਣਾਵਟ ਸੋਹਣੀ ਆ। 45,000 ਡਿਮਾਂਡ ਹੈ। ਇਹਦੋਂ ਅੱਗੇ ਇੱਕ ਹੋਰ ਚੰਗੀ ਝੋਲ ਵਾਲੀ ਚੰਗੇ ਥਣ ਹਵਾਨੇ ਵਾਲੀ ਝੋਟੀ। ਠੀਕ ਹੈ, ਓਕੇ। ਥਣ ਦੋਸਤੋ ਤੁਹਾਨੂੰ ਬਾਈ ਕਹਿੰਦਾ ਵੀ ਨੇੜੇ ਕਰਕੇ ਦਿਖਾ ਦਿਓ, ਦੇਖ ਲਓ ਥਣ ਇਹਦੇ ਚੰਗੀ ਤਰ੍ਹਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਅੱਖ ਦੋਸਤੋ ਨੀਲੀ ਵਾਲੀ ਹੈ, ਦੋਨੇ ਅੱਖਾਂ ਦੇਖ ਸਕਦੇ ਹੋ। ਸੋ ਇਹ ਝੋਟੀ ਵਿਕਾਊ ਆ। ਇੱਕ ਅੱਗੇ ਹੋਰ ਝੋਟੀ ਬਾਈ ਕੋਲ ਹੈਗੀ ਆ। ਹਾਂਜੀ, ਇਹ ਮੇਰੀ ਘਰ ਦੀ ਮੈਂ ਇਹਦੀ ਜਿਹੜੀ 24.5 ਕਿਲੋ ਦੁੱਧ ਸੋਲਾਂ 'ਚ ਉਹੀ ਜਫਰਾਬਾਦੀ ਵਾਲੀ। ਜਫਰਾਬਾਦੀ ਪਿੱਛੇ ਸੌਦਾ ਹੋ ਗਿਆ ਸੀ ਪਰ ਸਾਡਾ ਉਹ ਬੰਦਾ ਲੈ ਲਿਆ। ਅੱਛਾ, ਪਿਛਲੀ ਵੀਡੀਓ 'ਚ ਦਿਖਾਈ ਸੀ। ਹਾਂਜੀ, ਸੌਦੇ ਹੋ ਗਏ ਸੀ ਨਾਲ ਦੋਨਾਂ। ਠੀਕ ਹੈ, ਠੀਕ ਹੈ। ਅੱਛਾ, ਇਹਦਾ ਖੀਰੀ ਹੈ ਜੀ। ਖੀਰੀ ਆ, ਰੇਟ ਕੀ ਰੱਖਿਆ? 2 ਸਾਲ ਦੀ 45,000 ਰੁਪਏ ਰੇਟ ਹੈ ਜੀ। 45,000 ਖੁੱਲੀ ਹੋਈ ਝੋਲੀ ਇਹਦੀ ਬਾਈ ਜੀ, ਬਹੁਤ ਖੁੱਲੀ ਆ। ਪਹਿਲਾਂ ਆਪਾਂ ਦੱਸ ਦਿੰਦੇ ਥੋੜਾ ਜਿਹਾ, ਦੇਖੋ ਨਿਗਾਹ ਮਾਰ ਕੇ ਦੋਸਤੋ ਝੋਲੀ ਦੇਖ ਲਓ। ਪਿਛਲੀ ਵੀਡੀਓ 'ਚ ਸ਼ਾਇਦ ਨਾ ਦਿਖਾਇਆ ਹੋਵੇ ਤੇ ਇਹਦਾ ਜਿਹੜਾ ਥੋੜਾ ਜਿਹਾ ਤੁਸੀਂ ਦੇਖ ਲਓ ਜੇ ਦੋਸਤੋ, ਅਗਲੇ ਪਿਛਲੇ ਥਣ ਦੇ ਵਿੱਚ ਸਪੇਸ ਥੋੜੀ ਜੀ ਘੱਟ ਦਿਖਾਉਂਦੀ ਹੈ। ਬਾਕੀ ਥਣਾਂ ਦੇ ਵਿੱਚ ਬਿੱਥੀ, ਬਾਕੀ ਪਿਛਲੇ ਥਣ ਤੋਂ ਪਿਛਲੇ ਥਣ ਦੀ ਬਿੱਥੀ ਚੰਗੀ ਹੈ, ਪਿਛਲੇ ਤੋਂ ਅਗਲੇ ਦੀ ਬਿੱਥੀ ਥੋੜੀ ਜੀ। ਉਹ ਜਸਪਾਲ ਸਿੰਘ ਬੈਠੇ ਆ, ਮੇਰਾ ਰਿਸ਼ਤੇਦਾਰ ਮੁੰਡਾ ਡਾਕਟਰ ਸੀ, ਦੋਸਤੋ ਲਿਆਉਂਦੇ ਸੀ ਅਸੀਂ ਗੁਜਰਾਤ ਬੁੱਢੀ ਮਾਲ ਤੋਂ। ਬਾਈ ਜਸਪਾਲ ਸਿੰਘ ਗਾਵਾਂ ਭੇਜਦਾ ਵੀਰ ਉੱਥੇ ਬੁੱਢੀ ਮਾਲ,
ਤੇ ਬੁੱਢੀ ਮਾਲ ਤੋਂ ਗੁਜਰਾਤ ਗਾਵਾਂ ਜਾਂਦੀਆਂ ਤੇ ਉੱਥੋਂ ਸੀਮਨ ਬਾਈ ਲੈ ਕੇ ਆਇਆ ਸੀ ਜਫਰਾਬਾਦੀ ਜਿਹੜਾ ਤੁਹਾਨੂੰ ਮੱਝ ਦਿਖਾ ਰਿਹਾ ਪਰਲੇ ਪਾਸੇ ਖੜੀ ਇਸ ਮੱਝ ਤੇ ਲੱਗਾ ਸੀ ਸੋ ਸੀਮਨ ਜਫਰਾਬਾਦੀ ਦੀ ਹੈ ਸਿੰਘ ਮੂੰਹ ਮੱਥਾ ਤੁਸੀਂ ਦੇਖ ਲਿਆ ਸਾਹਮਣੇ ਮੱਝ ਖੜੀ ਹੈ ਇਹਦੀ ਮਾਂ अगे एक झोटी बहुत सोहनी कुंडी बिलकुल चौधरी साहब एदू अगे जी झोटी है पिछली वीडियो विखाई सी ना दूध चौंदी विखाई सी जी एदी मां होगी सेल मां इहदी सेल होगी 20 किलो मां दा इहदी ते गारंटी लिख के दित्ती उहनां बंदियां नूं वी ते बाकी जे पाणी पिआउणा ते तुहाडे कोल बाल्टी नहीं ते पाइप लाओ ते कट्टी पाणी आपे पीऊगी ठीक है इहदियां इह सिफतां इहदा रेट की रख्या इहदा वी 45000 रुपया जी तोर दे उहनूं कुंडे सिंह आ दोस्तो ते पिछली वीडियो देख लो उहदे च आपदी मां दा दुद्ध चौंदी सियाला के दी मां जिहड़ी उह तोकड़ सी गबन हो गई सी पिछली वीडियो दे विच दोस्तो उह मझ दे नाल ही हैगी है रेट इहदा भी बाई ने 45 रख्या है थान इहदे भी दोस्तो नेड़े आई तो तुहानूं दिखा दूंगा ठीक है दोस्तो कद बाई दसदा दरम्याना ही रखू पर दुध बाई दसदा भी चंगा कढ जूगी थान जरूर तुहानूं नेड़ों इहदे भी दिखा दूंगा ताकि जिहड़ा वीर दूरों आवे उहनूं हरेक पक्ष तों पशु दिसणा चाहीदा इहदे तुसीं थान दोस्तो देख सकदे हो चारे सोहणे थान अगे एक होर झोटी कुंडे सिंह ये भी भाई मैं मेथों लैके के कोई शहर दा बंदा ही ਉਦੋਂ ਲਿਆਂਦੀ ਮੈਂ ਇਹ ਨਹੀਂ ਆ ਵੀ ਮੇਰੇ ਰਵੇ ਦੀ ਇਹ ਕੱਟੀ ਵੀ ਜਾਂ ਮੈਂ ਹਰਿਆਣੇ ਜੋ ਲਿਆਂਦੀ ਆ ਉਹਦੀ ਮੈਂ ਇਹਦੀ ਕੱਟੀ ਆ ਇਹ ਵੀ ਖੀਰੀ ਆ ਕੱਟੀ ਠੀਕ ਹੈ ਤੇ ਇਹਦਾ 38000 ਰੁਪਏ ਮੁੱਲ ਆ ਜੀ 38000 ਥਾਣ ਲੈਵਾ ਵੇਖੋ ਇਹਦਾ ਖੁੱਲਾ ਠੀਕ ਹੈ ਥੋੜਾ 38 ਡਿਮਾਂਡ ਹੈ ਹਾਂਜੀ ਤੇ ਖੀਰੀ ਆ ਦੰਦੋਂ ਮੁੱਲ ਬਾਈ ਨੇ ਖਰੀਦੀ ਹੈ ਪੰਜਾਬ ਵਾਲੀ ਮੱਝ ਦੀ ਹੈ ਬਾਈ ਦੱਸਦਾ ਉਹ ਮੱਝ ਜਿਹੜੀ ਇਹਦੀ ਮਾਂ ਬਾਈ ਕੋਲੋਂ ਵੇਖ ਕੇ ਗਈ ਸੀ ਬਾਮੂ ਇਹਦੇ ਵੀ ਤੁਹਾਨੂੰ ਪੈਟ ਪੁੱਡੇ ਦੀ ਬਣਾਵਟ ਦਿਖਾ ਦੂੰਗਾ ਕੋਸ਼ਿਸ਼ ਕਰੂੰਗਾ ਇਹਦੇ ਥਾਣ ਵੀ ਜਿਹੜੇ ਉਹ ਤੁਹਾਨੂੰ ਦਿਖਾਏ ਜਾਣ ਸੋ ਇਹ ਵੀ ਸੋਹਣੇ ਢਾਂਚੇ ਦੀ ਹੈ ਦੋਸਤੋ ਉੱਤੋਂ ਸਟਰਕਚਰ ਦੇਖ ਸਕਦੇ ਹੋ ਤਾਂ ਕੋਸ਼ਿਸ਼ ਕਰੂੰਗਾ ਨੇੜੋਂ ਇਹਦੇ ਤੁਹਾਨੂੰ ਜਿਹੜੇ ਆ ਥਾਣ ਜਿਹਨੇ ਦਿਖਾ ਲਏ ਤਾਂ ਜ਼ਰੂਰ ਦਿਖਾਵਾਂ ਵੈਸੇ ਥੋੜ੍ਹਾ ਡਰੂਗੀ ਵੱਧ ਇੱਥੋਂ ਦੋਸਤੋ ਕੋਸ਼ਿਸ਼ ਕਰਿਓ ਤੁਸੀਂ ਥਾਣ ਦੇਖਣ ਦੀ देख सकते हो दोस्तों चारे थान निकल गए सो ये नाग विक्री वाले सीगे।